ਸਸਿਕਾਲ ਜੀ ਮੈਂ ਅਜਾਦ ਸਿੰਘ ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਸਲਿਟ ਰਿਮਾਂਡ ਤੇ ਲਿਆ ਕੇ ਸੀਆਈਏ ਸਟਾਫ ਹੈੱਡਕੁਆਟਰ ਦੇ ਵਿੱਚ ਉਹਦੇ ਤੋਂ ਪੁੱਛ ਪੜਤਾਲ ਲਗਾਤਾਰ ਜਾਰੀ ਹੈ ਕੱਲ ਦੀ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਦੇ ਵਿੱਚ ਕਈ ਖੁਲਾਸੇ ਜੋ ਲਾਰੈਂਸ ਬਿਸ਼ਨੋਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦਾਵਾ ਕਰਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਕਰ ਰਿਹਾ ਹੈ ਸੋ ਵੱਡੀ ਅਪਡੇਟ ਇਹ ਹੈ ਕਿ ਲਾਰੈਂਸ ਬਿਸ਼ਨੋਈ ਨੇ ਕਈ ਖੁਲਾਸੇ ਕੀਤੇ ਨੇ ਸਿੱਧੂ ਮੁਸੇ ਵਾਲਾ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਧੂ ਮੁਸੇਵਾਲਾ ਦਾ ਇਹ ਮਾਮਲਾ ਪੰਜਾਬ ਦੇ ਵਿੱਚ ਪੇਚੀਦਾ ਬਣਿਆ ਹੋਇਆ ਪੰਜਾਬ ਪੁਲਿਸ ਦੇ ਦੇ ਲਈ ਬਹੁਤ ਹੀ ਚੁਣੌਤੀਪੂਰਨ ਸਾਬਤ ਹੋ ਰਿਹਾ ਲਗਾਤਾਰ ਇਸ ਮਾਮਲੇ ਦੇ ਵਿੱਚ ਜੋ ਲਗਾਤਾਰ ਗ੍ਰਿਫਤਾਰੀਆਂ ਦੀ ਪੰਜਾਬ ਪੁਲਿਸ ਦਾਵਾ ਕਰਦੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਇਸ ਮਾਮਲੇ ਦੇ ਉੱਤੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਲਾਰੈਂਸ ਬਿਸ਼ਨੋਈ ਦੀ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਸਟੇਟਸ ਰਿਪੋਰਟ ਦੱਸਦੇ ਹਾਂ ਕਿ ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਸਿੱਧੂ ਮੁਸੇਵਾਲਾ ਦੀ ਸਟੇਟਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਚਾਰ ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਤੇ 10 ਜੋ ਮੁਲਜ਼ਮ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਹ ਕੁਝ ਸਟੇਟਸ ਰਿਪੋਰਟ ਦੇ ਵਿੱਚ ਕਿਹਾ ਗਿਆ ਤੇ ਜੋ ਗ੍ਰਿਫਤਾਰ ਕੀਤੇ ਗਏ ਨੇ ਮੁਲਜ਼ਮ ਉਹਨਾਂ ਦੀਆਂ ਜੋ ਵੱਖ-ਵੱਖ ਭੂਮਿਕਾਵਾਂ ਨੇ ਉਹ ਦੱਸੀਆਂ ਗਈਆਂ ਨੇ ਸਟੇਟਸ ਰਿਪੋਰਟ ਦੇ ਵਿੱਚ ਤੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਵਿੱਚ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਜ਼ਿੰਮੇਵਾਰੀ ਚੁੱਕੀ ਗਈ ਸੀ 골ਡੀ ਬਰਾੜ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ 골ਡੀ ਬਰਾੜ ਜੋ ਇੱਕ ਕਨੇਡੀਆਨਾ ਉਹਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਜਿਸ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਦਿੱਲੀ ਪੁਲਿਸ ਪੁੱਛ ਪੜਤਾਲ ਕਰਦੀ ਹੈ ਜਦ ਕਿ ਉਹ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕਿ ਉਸ ਦਾ ਇਸ ਮਾਮਲੇ ਦੇ ਵਿੱਚ ਕੁਝ ਵੀ ਲੈਣਾ ਦੇਣਾ ਨਹੀਂ ਸੀ ਉਸ ਨੂੰ ਸਿਰਫ ਇਸ ਦੀ ਜਾਣਕਾਰੀ ਹੈ ਜੋ ਉਹ ਤਿਹਾੜ ਜੇਲ੍ਹ ਦੇ ਵਿੱਚ ਟੀਵੀ ਤੋਂ ਪਤਾ ਲੱਗਿਆ ਹੈ ਕਿ ਇਸ ਤਰੀਕੇ ਦਾ ਜੋ ਕਾਰਨਾਮਾ ਨੂੰ ਅੰਜਾਮ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਉਹਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿਹਾ ਜਾਂਦਾ ਹੈ ਕਿ ਉਸ ਉਸ ਵੱਲੋਂ ਇਹ ਕਾਂਡ ਨਹੀਂ ਕਰਾਇਆ ਗਿਆ ਪਰ ਜੋ ਉਸਦਾ ਗੈਂਗ ਹੈ ਉਸ ਦੇ ਵੱਲੋਂ ਕੜਨਾ ਨੂੰ ਅੰਜਾਮ ਜ਼ਰੂਰ ਦਿੱਤਾ ਗਿਆ ਜਿਸ ਤੋਂ ਬਾਅਦ ਸ਼ੱਕ ਦੀ ਸੂਈ ਘੁੰਮਦੀ ਹੈ ਤੇ ਮਾਮਲਾ ਵੱਧਾ ਦਿਖਾਈ ਦਿੰਦਾ ਹੈ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਕੱਲ ਉਸ ਨੂੰ ਟ੍ਰਾਂਨਜ਼ਿਟ ਰਿਮਾਰਡ ਦੇ ਉੱਤੇ ਲੈ ਕੇ ਆਉਂਦੀ ਹੈ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਅੱਜ ਜੋ ਉਹਦੇ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਅੱਜ ਵੀ ਜਾਰੀ ਹੈ ਪੁੱਛ ਪੜਤਾਲ ਉਹਦੇ ਤੋਂ ਤੇ ਕੱਲ ਵੀ ਪੁੱਛ ਪੜਤਾਲ ਜੋ ਉਹਦੇ ਤੋਂ ਕੀਤੀ ਗਈ ਹੈ ਸੀਆਈਏ ਸਟਾਫ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਉਹਦੇ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਮਾਮਲੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਮਲੇ ਨੂੰ ਲੈ ਕੇ ਪਹਿਲਾ ਖੁਲਾਸਾ ਉਹਦੇ ਵੱਲੋਂ ਕੀਤਾ ਗਿਆ ਜੋ ਉਹ ਸੀ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਵੱਲੋਂ ਕਿਹਾ ਗਿਆ ਹੈ ਕਿ ਮੈਨੇਜਰ ਜੋ ਸ਼ਗਨਪ੍ਰੀਤ ਦੱਸਿਆ ਜਾਂਦਾ ਸਿੱਧੂ ਮੁਸੇਵਾਲਾ ਦਾ ਉਸ ਦੇ ਵਿੱਚ ਉਹਨੇ ਕਿਹਾ ਕਿ ਉਸ ਨੂੰ ਪੈਸੇ ਦੇ ਕੇ ਸਿੱਧੂ ਮੁਸੇਵਾਲਾ ਨੇ ਬਾਹਰ ਭਜਵਾਇਆ ਸੀ ਸੋ ਇਸ ਤਰੀਕੇ ਦੇ ਉਹਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਨਾਲੇ ਉਹਨੇ ਇਹ ਵੀ ਕਿਹਾ ਕਿ ਜਿਸ ਤੋਂ ਬਾਅਦ ਸਿੱਧੂ ਮੁਸੇਵਾਲਾ ਉਹਨਾਂ ਦੇ ਗੈਂਗ ਦੀ ਰਡਾਰ ਤੇ ਆਇਆ ਸੀ ਤੇ ਉਸ ਦਾ ਕਤਲ ਦੀ ਗੱਲ ਉਹਦੇ ਵੱਲੋਂ ਆਖੀ ਗਈ ਹੈ ਪਰ ਹਲੇ ਵੀ ਜੋ ਸਖਤੀ ਨਾਲ ਪੁੱਛਗਿਛ ਕਰਨ ਦੇ ਬਾਅਦ ਵੀ ਜੋ ਉਹਦੇ ਵੱਲੋਂ ਜੋ ਖੁਲਾਸੇ ਪੰਜਾਬ ਪੁਲਿਸ ਕਰਵਾਉਣਾ ਚਾਹੁੰਦੀ ਹੈ ਉਹ ਕਿਤਨਾ ਕਿਤੇ ਲਕਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉਸਦੇ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਆਖੀ ਗਈ ਹੈ ਕਿ ਸ਼ਗਨਪ੍ਰੀਤ ਜੋ ਕਿ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾਂਦਾ ਹੈ ਉਸ ਨੂੰ ਸਿੱਧੂ ਮੂਸੇਵਾਲਾ ਨੇ ਮਿੱਡੂ ਖੇੜਾ ਦੇ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਉਸ ਨੂੰ ਬਾਹਰ ਭਜਵਾਇਆ ਸੀ ਪੈਸੇ ਜੋ ਨੇ ਉਹ ਸਹਿਯੋਗ ਦਿੱਤਾ ਸੀ ਪੈਸਿਆਂ ਦਾ ਸਹਿਯੋਗ ਜੋ ਹੈ ਉਹ ਦਿੱਤਾ ਗਿਆ ਸੀ ਸੋ ਇਸ ਤਰੀਕੇ ਦਾ ਉਹਦੇ ਵੱਲੋਂ ਖਲਾਸਾ ਕੀਤਾ ਗਿਆ ਹਾਲਾਂਕਿ ਉਹਦੇ ਵੱਲੋਂ ਜੋ ਗ੍ਰਿਫਤਾਰ ਕੀਤੇ ਗਏ ਨੇ ਕੁਝ ਅਪਰਾਧੀ ਗ੍ਰਿਫਤਾਰ ਕੀਤੇ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਜਾਂ ਫਿਰ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਨੇ ਉਹਨਾਂ ਦੇ ਨਾਲ ਸੰਬੰਧ ਹੋਣ ਦਾ ਉਹਦੇ ਵੱਲੋਂ ਇਨਕਾਰ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਕਿਸੇ ਵੀ ਨਾਲ ਉਹਦੇ ਸਬੰਧ ਨੇ ਜੋ ਕੁਝ ਅਪਰਾਧੀ ਕੁਝ ਅਪਰਾਧੀ ਕੁਝ ਕਈ ਅਪਰਾਧੀ ਜੋ ਗ੍ਰਿਫਤਾਰ ਕੀਤੇ ਨੇ ਉਹਨਾਂ ਵਿੱਚ ਕੁਝ ਅਪਰਾਧੀਆਂ ਨਾਲ ਉਸਦੀ ਨਾ ਤਾਂ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਤੇ ਨਾ ਹੀ ਉਹ ਉਹਨਾਂ ਨੂੰ ਜਾਣਦਾ ਇਸ ਤਰੀਕੇ ਦਾ ਉਹਦੇ ਵੱਲੋਂ ਇਨਕਾਰ ਕੀਤਾ ਗਿਆ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦੇ ਆ ਕਿ ਸਟੇਟਸ ਰਿਪੋਰਟ ਦੇ ਵਿੱਚ ਜੋ 4 ਸ਼ਾਰਟ ਸ਼ੂਟਰਾਂ ਦੀ ਗੱਲ ਕੀਤੀ ਜਾ ਰਹੀ ਹੈ 10 ਮੁਲਜ਼ਮਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਵੱਖ-ਵੱਖ ਭੂਮਿਕਾ ਇਹਦੇ ਵਿੱਚ ਕੇਸ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਕੱਲ ਲਾਰੈਂਸ ਬਿਸ਼ਨੋਈ ਨੂੰ ਲਿਆ ਲਗਿਆ ਤੇ ਨਾਲ ਦੀ ਨਾਲ ਜੋ ਉਹਦੇ ਸਾਹਮਣੇ ਅੱਜ ਵੀ ਬਿਠਾ ਕੇ ਪੁੱਛਗਿੱਛ ਹੋਈ ਹੈ ਉਹਦੇ ਵਿੱਚ ਗੁਰਿੰਦਰ ਗੋਰਾ ਨਾਮ ਦਾ ਗੈਂਗਸਟਰ ਹੈ ਜੋ ਕਿ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਪੁਲਿਸ ਲੈ ਕੇ ਆਈ ਸੀ ਸੀਆਈਏ ਸਟਾਫ ਖੜੜ ਵਿਖੇ ਉਸਦੇ ਆਮੋ ਸਾਹਮਣੇ ਬਿਠਾ ਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਜਿਦੇ ਵਿੱਚ ਇਹ ਖੁਲਾਸਾ ਹੋਇਆ ਕਿ ਜੋ ਹਥਿਆਰ ਵਰਤੇ ਗਏ ਨੇ ਅਸੀਂ ਪੁਲਿਸ ਵੱਲੋਂ ਸ਼ੱਕ ਜਤਾਇਆ ਗਿਆ ਕਿ ਜਿਨ੍ਹਾਂ ਹਥਿਆਰਾਂ ਦੇ ਨਾਲ ਸਿੱਧੂ ਮੁਸੇਵਾਲਾ ਸਿੱਧੂ ਮੁਸੇਵਾਲਾ ਦਾ ਮਾਮਲਾ ਨੂੰ ਅੰਜਾਮ ਦਿੱਤਾ ਗਿਆ ਉਹ ਕਿਤੇ ਪੰਜਾਬ ਦੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਕਿਤੇ ਜ਼ਮੀਨ ਦੇ ਵਿੱਚ ਦੱਬੇ ਹੋਏ ਨੇ ਤੇ ਜਿਸ ਤਰੀਕੇ ਦੇ ਨਾਲ ਦੋ ਗ੍ਰਿਫਤਾਰੀਆਂ ਗੁਰਪ੍ਰੀਤ ਸਿੰਘ ਤੇ ਇੱਕ ਹੋਰ ਇਸ ਤਰੀਕੇ ਦੇ ਨਾਮ ਦੇ ਸ਼ਖਸ ਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਖੁਲਾਸਾ ਹੋਣ ਦੀ ਪੁਲਿਸ ਵੱਲੋਂ ਸਭਾਵਨਾ ਜਿਤਾਈ ਜਾ ਰਹੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਿਸ ਹੱਥੇ ਜਿਨ੍ਹਾਂ ਹਥਿਆਰਾਂ ਦੇ ਨਾਲ ਸਿੱਧੂ ਮੁਸੇਵਾਲੇ ਦੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਉਹ ਕਿਤੇ ਦਿੱਲੀ ਮਾਫ ਕਰਨਾ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਕਿਤੇ ਜ਼ਮੀਨ ਦੇ ਵਿੱਚ ਦੱਬੇ ਹੋਏ ਨੇ ਤੇ ਸਿੱਧੇ ਤੌਰ ਤੇ ਜੋ ਲਾਰੈਂਸ ਬਿਸ਼ਨੋਈ ਆ ਉਹ ਸਿੱਧੇ ਸਿੱਧੇ ਸਵਾਲਾਂ ਦੇ ਜਵਾਬ ਪੁਲਿਸ ਨੂੰ ਨਹੀਂ ਦੇ ਰਿਹਾ ਜਿਸ ਤੋਂ ਬਾਅਦ ਗੋਰਾ ਨੂੰ ਉਹਦੇ ਵੱਲੋਂ ਲਿਆਂਦਾ ਗਿਆ ਸਭ ਤੋਂ ਪਹਿਲਾਂ ਉਹਦੇ ਵੱਲੋਂ ਗੋਰਾ ਨਾਮਕ ਗੈਂਗਸਟਰ ਦਾ ਨਾਮ ਲਿਆ ਜਾਂਦਾ ਜੋ ਬਾਅਦ ਵਿੱਚ ਪੜਤਾਲ ਦੇ ਵਿੱਚ ਪਾਇਆ ਜਾਂਦਾ ਕਿ ਇਹ ਜੋ ਗੋਰਾ ਨਾਮ ਦਾ ਸ਼ਖਸ ਹੈ ਗੈਂਗਸਟਰ ਹੈ ਉਹ 골ਡੀ ਬਰਾੜਾ ਜੋ ਉਹਦਾ ਜੀਜਾ ਆ ਜਿਹਦੇ ਤੋਂ ਜਿਸ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਸੀਆਈਏ ਸਟਾਫ ਹੈੱਡਕੁਆਰਟਰ ਵਿਚ ਖਰੜ ਵੀ ਖੇ ਲੈ ਕੇ ਆਇਆ ਜਾਂਦਾ ਹੈ ਤੇ ਲਾਰੈਂਸ ਬਿਸ਼ਨੋਈ ਤੇ ਉਹਦੇ ਆਹਮੋ ਸਾਹਮਣੇ ਜੋ ਸਵਾਲ ਜਵਾਬ ਕੀਤੇ ਜਾਂਦੇ ਨੇ ਹੁਣ ਤੱਕ ਸਭ ਤੋਂ ਜੁੜੀ ਅਹਿਮ ਗੱਲ ਹੈ ਉਹ ਇਹ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਮੰਨਿਆ ਕਿ ਜੋ ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾਂਦਾ ਸ਼ਗਨਪ੍ਰੀਤ ਉਸ ਦੀ ਸਹਾਇਤਾ ਕੀਤੀ ਸੀ ਤੇ ਸ਼ਗਨਪ੍ਰੀਤ ਵੱਲੋਂ ਸਿੱਧੂ ਮੂਸੇਵਾਲਾ ਦੀ ਰੇਕੀ ਮਾਫ ਕਰਨਾ ਵਿੱਕੀ ਮਿੱਡੂ ਖੇੜਾ ਦੀ ਰੇਕੀ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਉਸ ਦਾ ਜੋ ਕਤਲ ਕੀਤਾ ਗਿਆ ਸੀ ਵਿੱਕੀ ਮਿੱਡੂ ਖੇੜਾ ਦਾ ਤਾਂ ਉਹੀ ਪੁਰਾਣੀਆਂ ਗੱਲਾਂ ਰਿਪੀਟ ਕਰਦਾ ਹੋਇਆ ਖੁਲਾਸੇ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਉਸ ਦੇ ਮੌਤ ਦਾ ਬਦਲਾ ਹੀ ਉਸ ਦੇ ਕਤਲ ਦਾ ਬਦਲਾ ਹੀ ਉਹਨਾਂ ਵੱਲੋਂ ਲਿਆ ਗਿਆ ਸੋ ਇਸ ਤਰੀਕੇ ਦੇ ਖੁਲਾਸੇ ਨੇ ਜੋ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੌਰੈਂਸ ਰਿਵਿਜ਼ਨ ਹੋਈ ਤੇ ਲਗਾਤਾਰ ਉਹਦੇ ਤੋਂ ਪੁੱਛ ਪੜਤਾਲ ਹੈ ਜੋ ਉਹ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੀਆਈਏ ਸਟਾਫ ਖਰੜ ਵਿਖੇ ਮੌਜੂਦ ਹੈ ਜਿਹਦੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਲਗਾਤਾਰ ਜੋ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਤੇ ਗਗਨਪ੍ਰੀਤ ਗੁਰਪ੍ਰੀਤ ਤੇ ਮਹਾਕਾਲ ਤੇ ਕੇਸ਼ਵ ਨਾਂ ਦੇ ਜੋ ਜਿੰਨਾ ਸ਼ਖਸ ਨੂੰ ਜਿੰਨਾ ਸ਼ਾਰਪ ਸ਼ੂਟਰ ਤੇ ਹੋਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਉਹਦੇ ਤੋਂ ਇਨਕਾਰ ਕੀਤਾ ਕਿ ਲੋਰੈਂਸ ਬਿਸ਼ਨੋਈ ਨੇ ਕਿਹਾ ਕਿ ਇਹਨਾਂ ਵਿੱਚੋਂ ਉਹਦਾ ਕਿਸੇ ਨਾਲ ਵੀ ਸੰਬੰਧ ਨਹੀਂ ਹੈ ਤੇ ਨਾ ਹੀ ਉਹਦੀ ਫੋਨ ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਸੋ ਲਾਰੈਂਸ ਬਿਸ਼ਨੋਈ ਤੋਂ ਲਗਾਤਾਰ ਪੰਜਾਬ ਪੁਲਿਸ ਪੁੱਛਪੜਤਾਲ ਕਰ ਰਹੀ ਹੈ ਤੇ ਨਾਲ ਦੀ ਨਾਲ ਬਾਅਦ ਜੋ ਗੈਂਗਸਟਰ ਨੇ ਉਹਨਾਂ ਦੇ ਨਾਲ ਨੈਟਵਰਕ ਉਹਨਾਂ ਦੇ ਨਾਲ ਵੀ ਉਹਨਾਂ ਦੇ ਸਬੰਧਾਂ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਸ ਦੇ ਕਿਸ ਤਰੀਕੇ ਦੇ ਨਾਲ ਸਬੰਧ ਨੇ ਹਾਂ ਉਸ ਨੇ ਇੱਕ ਹੋਰ ਖੁਲਾਸਾ ਕੀਤਾ ਹੈ ਕਿ ਜੋ 골ਡੀ ਬਰਾੜ ਆ ਉਹਦੇ ਸੰਪਰਕ ਦੇ ਵਿੱਚ ਸੀਗਾ ਉਹਦੇ ਨਾਲ ਫੋਨ ਦੇ ਉੱਤੇ ਉਹਦੀ ਗੱਲਬਾਤ ਹੁੰਦੀ ਰਹਿੰਦੀ ਸੀ ਇਸ ਤਰੀਕੇ ਦਾ ਖੁਲਾਸਾ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਪੁਲਿਸ ਦੇ ਸਾਹਮਣੇ ਕਰਦਾ ਹੋਇਆ ਨਜ਼ਰ ਆਇਆ ਗੁਰਿੰਦਰ ਗੋਰਾ ਨੂੰ ਕੱਲ ਪੁਲਿਸ ਉਹ ਲੈ ਕੇ ਆਈ ਸੀ ਤੇ ਅੱਜ ਵੀ ਲੈ ਕੇ ਆਈ ਸੀ ਤੇ ਜਿਸ ਤੋਂ ਬਾਅਦ ਅੰਮੋ ਸਾਹਮਣੇ ਬਿਠਾ ਕੇ ਗੱਲਬਾਤ ਹੋਈ ਹੈ ਇਹ ਜੀ AGTF ਜੋ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੋਂ ਪ੍ਰੋਡਕਸ਼ਨ ਵਾਰੰਟ ਤੇ ਹੁਸ਼ਿਆਰਪੁਰ ਤੋਂ ਖਰੜ ਲੈ ਕੇ ਆਈ ਸੀ ਤੇ ਦੋਵਾਂ ਨੂੰ ਅੰਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸੇ ਖੁਲਾਸਾ ਕਰਦੀ ਹੋਈ ਨਜ਼ਰ ਆਈ ਹੈ ਕਿ ਜੋ ਹਥਿਆਰ ਵਰਤੇ ਗਏ ਸੀ ਸਿੱਧੂ ਬੁੱਸੇ ਵਾਲਾ ਮਾਮਲੇ ਦੇ ਵਿੱਚ ਉਹ ਕਿਤੇ ਨਾ ਕਿਤੇ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਦੱਬੇ ਹੋਏ ਨੇ ਸੋ ਇਸ ਤਰੀਕੇ ਦੇ ਖੁਲਾਸੇ ਨੇ ਜੋ ਉਹ ਕਰਦਾ ਹੋਇਆ ਨਜ਼ਰ ਆਇਆ ਤੇ ਨਾਲ ਦੀ ਨਾਲ ਸਿੰਗਰਾਂ ਤੋਂ ਰੰਗਦਾਰੀ ਦੀ ਜੋ ਲਾਰਸ ਬਿਸ਼ਨੋਈ ਹੈ ਉਹਦੇ ਵੱਲੋਂ ਰੰਗਦਾਰੀ ਲੈਣ ਦੀ ਗੱਲ ਵੀ ਕਬੂਲੀ ਗਈ ਹੈ ਸੋ ਇਸ ਤਰੀਕੇ ਦਾ ਖੁਲਾਸਾ ਉਹਦੇ ਵੱਲੋਂ ਕੀਤਾ ਗਿਆ ਸੋ ਪੁਲਿਸ ਨੇ ਗੋਲਡੀ ਬਰਾੜ ਦੇ ਜੀਜੇ ਨਾਲ ਵੀ ਅਮੋ ਸਾਹਮਣਾ ਕਰਵਾਇਆ ਗੁਰਿੰਦਰ ਗੋਰੇ ਸਾਹਮਣੇ ਬਿਠਾ ਕੇ ਸਵਾਲ ਜਵਾਬ ਵੀ ਕੀਤੇ ਨੇ ਤੇ ਨਾਲ ਦੀ ਨਾਲ ਦੋ ਦਰਜੇ ਤੋਂ ਵੱਧ ਸਵਾਲ ਹੋਏ ਨੇ ਸਖਤੀ ਨਾਲ ਸਵਾਲ ਜਵਾਬ ਨੇ ਜੋ ਹੋ ਕੀਤੇ ਗਏ ਨੇ ਤੇ ਲਾਰਸ ਬਿਸ਼ਨੋਈ ਕਿਤੇ ਨਾ ਕਿਤੇ ਸਵਾਲਾਂ ਦੇ ਜਵਾਬ ਦਿੰਦਾ ਹੋਇਆ ਨਜ਼ਰ ਆ ਰਿਹਾ ਤੇ ਗੋਲ ਮੋਲ ਜਵਾਬ ਵੀ ਦੇ ਰਿਹਾ ਹੈ ਸੋ ਦੇਖਣਾ ਹੋਵੇਗਾ ਅੱਗੇ ਹੋਰ ਕੀ ਕੀ ਜੋ ਲਾਰੈਂਸ ਬਿਸ਼ਨੋਈ ਆ ਉਹ ਖੁਲਾਸੇ ਕਰਦਾ ਹੋਇਆ ਨਜ਼ਰ ਆਉਂਦਾ ਹੈ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਵਿਨਿੰਗ ਪੰਜਾਬ ਫਿਰ ਹੋਵਾਂਗੇ ਹਾਜ਼ਰ